ਅੱਜ ਦੇ ਸਮੇਂ ਦੇ ਵਿੱਚ ਮੈਂ ਇੱਕ ਆਰਟੀਕਲ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਕੌਮੀ ਪੱਤਰਿਕਾ ਅਖਬਾਰ ਦੇ ਵਿੱਚ ਗੁਰਚਰਨ ਸਿੰਘ ਬੱਬਰ ਜਿਹੜਾ ਹੈਗਾ ਉਹ ਆਪਣੇ ਅਖਬਾਰ ਦੇ ਵਿੱਚ 15 ਅਪ੍ਰੈਲ ਨੂੰ ਛਾਪਦੇ ਨੇ ਕਿ ਹਿੰਦੁਸਤਾਨ ਮੇਂ 2019 ਕੇ ਲੋਕ ਸਭਾ ਕੇ ਚੁਣਾਵ ਮੇਂ ਪੰਜਾਬ ਕੇ ਬਾਹਰ ਦੇਸ਼ ਭਰ ਮੇਂ ਰਹਿਣੇ ਵਾਲੇ ਕਿਸੀ ਵੀ ਸਿੱਖ ਕੋ ਰਾਜਨੀਤੀ ਪਾਰਟੀ ਨੇ ਕਿਸੀ ਵੀ ਰਾਜਨੀਤਿਕ ਪਾਰਟੀ ਨੇ ਟਿਕਟ ਨਹੀਂ ਦਿਆ। ਅਬ ਸਿੱਖੋ ਕੋ ਖਾਲਿਸਤਾਨ ਮੇਂ ਹੀ ਮਿਲੇਗਾ ਲੋਕ ਸਭਾ ਕਾ ਟਿਕਟ। ਇੱਕ ਪੂਰੀ ਸਿੱਖ ਕੌਮ ਕੋ ਲੋਕ ਸਭਾ ਚੁਣਾਵ ਸੇ ਹਿੰਦੁਸਤਾਨ ਨੇ ਬਾਹਰ ਕਰ ਦਿਆ। ਦਿੱਲੀ ਦੇ ਵਿੱਚ ਜਦੋਂ ਤੁਸੀਂ ਸੀਗੇ ਦਿੱਲੀ ਦੇ ਵਿੱਚ ਤੁਹਾਨੂੰ ਵੀ ਜਿਹੜਾ ਹੈਗਾ ਪਾਰਟੀ ਨੇ ਉਸ ਸਮੇਂ ਟਿਕਟ ਦਿੱਤੀ ਸੀਗੀ, ਹੋਰ ਜਿਹੜੀ ਹਲਕੇ ਤੋਂ ਦਿੱਤੀ ਸੀਗੀ ਉਹ ਹਲਕਾ ਐਸਾ ਹੈਗਾ ਕਿ ਵੈਸਟ ਦਿੱਲੀ ਦਾ, ਜਿੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਹੋਰ ਸਿੱਖ ਵੱਸਦੇ ਨੇ। ਗੁਰਚਰਨ ਸਿੰਘ ਬੱਬਰ ਦੀ ਗੱਲ ਕਿੰਨੀ ਠੀਕ ਤੁਸੀਂ ਸਮਝਦੇ ਹੋ ਕਿ ਪੰਜਾਬ ਤੋਂ ਬਾਹਰ ਜਿਹੜੀ ਹੈਗੀ ਸਿੱਖਾਂ ਨੂੰ ਟਿਕਟ ਹੀ ਨਹੀਂ? ਦੋ ਗੱਲਾਂ ਇਹਦੇ ਵਿੱਚ ਮੈਂ ਫੇਰ ਕਹਿ ਦਿਆਂ ਕਿ ਜਦੋਂ ਮੈਂ ਵੈਸਟ ਦਿੱਲੀ ਤੋਂ ਲੜੇ ਆ ਤੇ ਮੈਨੂੰ 4.5 ਲੱਖ ਵੋਟ ਮਿਲੀ, ਜਿਹੜੇ ਆਪਣੇ ਹੀ ਜਿਹੜੇ ਅਕਾਲੀ ਕਹਾਉਂਦੇ ਨੇ, ਜਿਹੜੇ ਇਹਨਾਂ ਨੇ ਦੋ ਸਿੱਖ ਨਾਂ ਖੜੇ ਕੀਤੇ ਹੋਏ ਨਕਲੀ, ਜਿਨ੍ਹਾਂ ਦਾ ਨਾਂ ਹੀ ਸਿਰਫ ਜਰਨੈਲ ਸਿੰਘ ਸੀ ਪਰ ਉਹਨਾਂ ਪ੍ਰਚਾਰ ਕੀਤਾ, ਉਹ ਵੋਟ ਮੇਰੀ ਖਰਾਬ ਕੀਤੀ ਤੇ ਉਹ ਨਹੀਂ ਹੁੰਦੀ ਤੇ ਮੈਨੂੰ ਸ਼ਾਇਦ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਵੋਟ ਪਈ ਹੈ ਤੇ ਉੱਥੇ ਜਿਹੜੀ ਸਿੱਖ ਪਾਪੂਲੇਸ਼ਨ ਵੀ ਹੈ ਵੈਸਟ ਦਿੱਲੀ ਦੇ ਵਿੱਚ ਉਹ ਤਕਰੀਬਨ ਪੰਜਾਬੀ ਤੇ ਸਿੱਖ ਪਾਪੂਲੇਸ਼ਨ ਮਿਲਾਈਏ ਤਕਰੀਬਨ 25% ਤੋਂ ਉੱਪਰ ਬਣਦੀ ਹੈ ਤੇ ਜਿਹੜੀ ਜਾਟ ਪਾਪੂਲੇਸ਼ਨ ਹੈ ਉਹ 8% ਹੈ। ਉਹਦੇ ਬਾਅਦ ਫਿਰ ਜਿਹੜੀ ਕੁਝ ਆਪਣਾ ਜਿਹਨੂੰ ਪੂਰਵਾਂਚਲੀ ਕਹਿੰਦੇ ਉਹਨਾਂ ਦੀ ਹੈ, ਫਿਰ ਕੁਝ ਜਿਹੜੇ ਆਪਣੇ ਦੂਜੇ ਯਾਦਵ ਨੇ ਉਹਨਾਂ ਦੀ ਹੈ, ਫਿਰ ਉਹਦੇ ਬਾਅਦ ਬਾਕੀ ਜਿਹੜੇ ਬਨੀਆਂ ਜਾਂ ਦੂਜੀ ਜਿਹੜੀ ਵੀ ਆਉਂਦੀ ਉਹ ਹੀ ਆਉਂਦੀ ਹੈ। ਇਸ ਕਰਕੇ ਇਹ ਤਾਂ ਇੱਕ ਤੱਤ ਹੈ ਤੇ ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਸਾਨੂੰ ਸਿੱਖ ਕੌਮ ਨੂੰ ਇਹ ਸਮਝ ਲੈਣਾ ਪਏਗਾ। ਅਲਾਮਾ ਇਕਬਾਲ ਨੇ ਇੱਕ ਸ਼ੇਰ ਕਿਹਾ ਸੀ ਜਦੋਂ ਕਿ ਜਮਹੂਰੀਅਤ ਤੇ ਕਾਇਦਾ ਏ ਹਕੂਮਤ ਹੈ ਜਿਸਮੇ ਸਿਰ ਗਿਨੇ ਜਾਤੇ ਹੈ ਤੋਲੇ ਨਹੀਂ ਜਾਤੇ। ਉਹਨੇ ਕਿਹਾ ਸੀ ਕਿ ਵੀ ਸਿਰਾਂ ਦੀ ਗਿਣਤੀ ਹੁੰਦੀ ਹੈ, ਤੋਲੇ ਨਹੀਂ ਜਾਂਦੇ। ਤੁਸੀਂ ਕਿੰਨੀਆਂ ਕੁਰਬਾਨੀਆਂ ਕੀਤੀਆਂ, ਤੁਸੀਂ ਕਿੰਨੇ ਸਿਆਣੇ ਹੋ, ਤੁਸੀਂ ਦੇਸ਼ ਦੇ ਲਈ ਕਿੱਥੇ ਬਾਰਡਰ ਦੇ ਉੱਤੇ ਲੜੇ ਹੋ, ਤੁਹਾਡੇ 'ਚ ਕਿੰਨੀ ਸਿਆਣਪ ਹੈ, ਜਾਂ ਤੁਸੀਂ ਕੀ ਕੁਝ ਦੇਸ਼ ਲਈ ਕੀਤਾ, ਦੇਸ਼ ਦਾ ਢਿੱਡ ਭਰਿਆ ਜਾਂ ਜੋ ਵੀ ਕੀਤਾ, ਉਸ ਗੱਲ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਗੱਲ ਇਹ ਰਹਿ ਜਾਂਦੀ ਕਿ ਤੁਹਾਡੀ ਗਿਣਤੀ ਕਿੰਨੀ ਹੈ ਤੇ ਗਿਣਤੀ ਪੱਖੋਂ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਸੀ ਤਾਂ ਵੀ ਸਿੱਖ ਉਹਦੇ ਰਾਜ ਦੇ ਵਿੱਚ ਮੈਨੂੰ ਲੱਗਦਾ 20-30% ਤੋਂ ਵੱਧ ਨਹੀਂ ਸੀ, ਪਰ ਫਿਰ ਵੀ ਉਹਨੇ ਰਾਜ ਦਿੱਤਾ ਤੇ ਰਾਜ ਕੀਤਾ, ਬਿਲਕੁਲ ਚੰਗਾ ਰਾਜ ਰੱਜ ਕੇ ਕਮਾਇਆ ਤੇ ਪਰ ਗੱਲ ਜਿਹੜੀ ਹੈ ਕਿ ਹੁਣ 47 ਤੋਂ ਬਾਅਦ ਜਿਹੜਾ ਇੱਕ ਲੋਕਤੰਤਰ ਜਿਹਨੂੰ ਮੈਂ ਭੀੜ ਤੰਤਰ ਵੀ ਬਣਦਾ ਜਾ ਰਿਹਾ ਹੈ ਉਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਭੀੜ ਕਿਹਦੇ ਨਾਲ ਹੈ। ਇਸੇ ਭੀੜ ਦੇ ਭੀੜ ਤੰਤਰ ਦੇ ਕਰਕੇ ਇਹ ਹੁੰਦਾ ਹੈ ਕਿ ਜੇ ਤੂੰ ਪ੍ਰਧਾਨ ਮੰਤਰੀ ਕਹਿੰਦਾ ਹਿੰਦੂ ਕਵੀ ਆਤੰਕਵਾਦੀ ਨਹੀਂ ਹੋ ਸਕਦਾ ਤੇ ਇਹਦਾ ਮਤਲਬ ਸਿੱਖ ਆਤੰਕਵਾਦੀ ਹੋ ਸਕਦਾ, ਭਾਵੇਂ ਹੱਕਾਂ ਲਈ ਲੜ ਰਿਹਾ ਹੋਵੇ, ਭਾਵੇਂ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਰਿਲੇ ਕਰਾਉਣ ਵਾਸਤੇ ਲੜ ਰਿਹਾ ਹੋਵੇ, ਭਾਵੇਂ ਚੰਡੀਗੜ੍ਹ ਲਈ ਲੜ ਰਿਹਾ ਹੋਵੇ, ਪੰਜਾਬ ਦੇ ਪਾਣੀ ਲਈ ਲੜ ਰਿਹਾ ਹੋਵੇ, ਉਹ ਅੱਤਵਾਦੀ ਹੋ ਜਾਏਗਾ ਤੇ ਤੁਸੀਂ ਭਾਵੇਂ ਮੱਕਾ ਮਦੀਨਾ ਜਿਹੜੀ ਮਸਜਿਦ ਉੱਥੇ ਬੰਬ ਬਲਾਸਟ ਕਰ ਦਿਓ, ਸਮਝੌਤਾ ਐਕਸਪ੍ਰੈਸ 'ਚ ਲੋਕਾਂ ਨੂੰ ਮਾਰ ਦਿਓ, ਮਾਲੇਗਾਓਂ 'ਚ ਬੰਬ ਬਲਾਸਟ ਕਰ ਦਿਓ, ਤੁਸੀਂ 84 'ਚ ਕਤਲੇਆਮ ਕਰ ਦਿਓ, ਭਾਵੇਂ ਗੁਜਰਾਤ ਦੇ ਵਿੱਚ ਕਤਲੇਆਮ ਕਰ ਦਿਓ ਤੇ ਭਾਵੇਂ ਲਿੰਚਿੰਗ ਕਰਕੇ ਲੋਕਾਂ ਨੂੰ ਮਾਰ ਦਿਓ, ਫਿਰ ਉਹ ਅੱਤਵਾਦ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹ ਕਹਿ ਰਿਹਾ ਕਿ ਜ਼ਿਆਦਾ ਵੋਟਾਂ ਕਿਹਦੇ ਕੋਲ ਹੈ, ਉਹਨਾਂ ਵੋਟਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਇਸ ਕਰਕੇ ਇਸ ਗੱਲ ਦੇ ਮਾਇਨੇ ਨਹੀਂ ਰਹਿ ਗਏ ਕਿ ਤੁਸੀਂ ਕਿੰਨੇ ਸਿਆਣੇ ਹੋ ਜਾਂ ਸਿਸਟਮ ਕੀ ਕਹਿੰਦਾ ਆ ਕਿ ਸੰਵਿਧਾਨ ਕੀ ਕਹਿੰਦਾ ਆ, ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ, ਕੋਈ ਅਲੀ ਤੇ ਬਜਰੰਗ ਬਲੀ ਤੇ ਵੋਟਾਂ ਮੰਗੀ ਜਾਂਦਾ, ਕੋਈ ਜਿਹੜਾ ਹੈਗਾ ਉਹ ਕਹਿੰਦਾ ਕਿ ਅਸੀਂ ਸਾਰੇ ਹਿੰਦੂ ਇੱਕ ਹੋ ਜਾਓ ਉਹਦੇ ਵੋਟਾਂ ਮੰਗੀ ਜਾਂਦਾ, ਕੋਈ ਕਹਿੰਦਾ ਮੁਸਲਮਾਨ ਇੱਕ ਹੋ ਜਾਓ ਉਹਦੀ ਵੋਟਾਂ ਮੰਗੀ, ਤੇ ਇਲੈਕਸ਼ਨ ਕਮਿਸ਼ਨ ਕੀ ਕਰ ਰਿਹਾ, ਕੁਝ ਨਹੀਂ ਕਰ ਤੇ ਲਿਖਿਆ ਜੋ ਹੋਇਆ ਸੰਵਿਧਾਨ ਦੇ ਵਿੱਚ ਜੋ ਇਲੈਕਸ਼ਨ ਕਮਿਸ਼ਨ 'ਚ ਲਿਖਿਆ ਹੋਇਆ ਉਹਨੂੰ ਕੋਈ ਨਹੀਂ ਮੰਨ ਰਿਹਾ। ਇਹ ਕਿਉਂ ਨਹੀਂ ਉਹਨਾਂ ਦੀ ਕੈਂਸਲ ਕਰ ਦਿੰਦਾ, ਕਿਉਂ ਨਹੀਂ ਉਹਨਾਂ ਟਿਕਟਾਂ ਕੈਂਸਲ ਕਰ ਦਿੰਦਾ? ਇਲੈਕਸ਼ਨ ਕਮਿਸ਼ਨ ਚਾਹੇ ਤਾਂ ਪੂਰੀ ਪਾਰਟੀ ਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਨੂੰ ਕੈਂਸਲ ਕਰ ਸਕਦਾ, ਪਾਰਟੀ ਦੀ ਮਾਨਤਾ ਰੱਦ ਕਰ ਸਕਦਾ, ਕਿਉਂ ਨਹੀਂ ਕਰਦਾ? ਜਿੱਦਣ ਕਰੇਗਾ ਤਾਂ ਗੱਲ ਬਣੇਗੀ, ਸਿਸਟਮ ਨਹੀਂ ਇੱਕ ਵਰਕ ਕਰ ਰਿਹਾ। ਮੈਨੂੰ ਇੱਕ ਯਾਦ ਆ ਰਿਹਾ ਜਦੋਂ ਟਰੂਡੋ ਦੇ ਜਦੋਂ ਆਪਣਾ ਜਗਮੀਤ ਸਿੰਘ ਲੜਿਆ ਉੱਥੋਂ ਬਰਨਬੀ ਤੋਂ ਕੈਨੇਡਾ 'ਚ, ਜਦੋਂ ਉਹਨੇ ਉਹ ਬਾਈ ਇਲੈਕਸ਼ਨ ਲੜੀ ਹੈ ਤੇ ਜਦੋਂ ਟਰੂਡੋ ਦੀ ਪਾਰਟੀ ਵੱਲੋਂ ਇੱਕ ਲੇਡੀ ਜਿਹਨੂੰ ਟਿਕਟ ਦਿੱਤਾ ਗਿਆ ਉਹ ਚਾਈਨੀਜ਼ ਬੈਕਗ੍ਰਾਉਂਡ ਦੀ ਸੀ ਤੇ ਉਹਨੇ ਕਿਹਾ ਕਿ ਜਿਹੜੇ ਇੰਡੀਅਨ ਕੈਨੇਡੀਅਨਸ ਉਸ ਪਾਸੇ ਨੇ ਤੇ ਚਾਈਨੀਜ਼ ਕੈਨੇਡੀਅਨ ਮੇਰੇ ਨਾਲ ਆਣੇ ਚਾਹੀਦੇ ਨੇ ਸਾਰੇ, ਤੇ ਉਹਨੇ ਇਹ ਗੱਲ ਜਿਵੇਂ ਹੀ ਕਹੀ ਟਰੂਡੋ ਦੀ ਪਾਰਟੀ ਨੇ ਉਹਦੀ ਟਿਕਟ ਕੱਢ ਦਿੱਤੀ। ਉਹਨੇ ਕਿਹਾ ਵੀ ਇਹ ਤੂੰ ਗੱਲ ਕਹੀ ਕਿਵੇਂ, ਲੋਕਾਂ 'ਚ ਵੰਡੀ ਪਾਉਣ ਦੀ ਗੱਲ ਕਿਵੇਂ ਕਹੀ, ਤੂੰ ਇੰਡੀਅਨ ਤੇ ਚਾਈਨੀਜ਼ ਵਾਲੀ ਬੈਕਗ੍ਰਾਉਂਡ ਦੀ ਗੱਲ ਕੀਤੀ ਕਿਉਂ, ਉਹਦੀ ਟਿਕਟ ਬਿਨਾਂ ਕੁਝ ਕੀਤੇ ਉਹਨੂੰ ਕੱਢ ਦਿੱਤਾ ਗਿਆ, ਉਹਨੂੰ ਬਾਹਰ ਕੱਢ ਦਿੱਤਾ ਗਿਆ। ਇੱਥੇ ਜੇ ਤੁਸੀਂ ਵੰਡੀ ਪਾਉਣ ਦੀ ਗੱਲ ਕਰਦੇ ਤੁਹਾਨੂੰ ਟਿਕਟ ਮਿਲਣੀ ਤਾਂ ਤੁਸੀਂ ਮੰਤਰੀ ਬਣ ਜਾਓਗੇ, ਫਿਰ ਚੰਗਾ। ਫਿਰ ਇਹ ਗੱਲ ਇੱਕ ਕਰਦੇ ਆ ਕਿ ਦੇਸ਼ ਨੂੰ ਜੋੜੋ,
ਬਈ ਦੇਸ਼ ਤਾਂ ਸਮਾਜ ਨਾਲ ਜੁੜਦਾ ਹੈ ਨਾ, ਤੇ ਸਮਾਜ ਨੂੰ ਤੋੜ ਕੇ ਸਮਾਜ ਨੂੰ ਤੋੜਨ ਦੀ ਗੱਲ ਕਰਦੇ ਤੇ ਦੇਸ਼ ਨੂੰ ਜੋੜਨ ਦੀ ਗੱਲ ਕਰਦੇ, ਜੇ ਸਮਾਜ ਟੁੱਟੇਗਾ ਤਾਂ ਦੇਸ਼ ਟੁੱਟੇਗਾ, ਜੇ ਸਮਾਜ ਜੁੜੇਗਾ ਤੇ ਤਾਂ ਹੀ ਦੇਸ਼ ਜੁੜਦਾ ਹੈ ਨਾ। ਪਰ ਤੁਸੀਂ ਕਹੋ ਕਿ ਸਿੱਖਾਂ ਨੂੰ ਅਸੀਂ ਅੱਤਵਾਦੀ ਕਹਿਣਾ, ਉਹਨਾਂ ਨੂੰ ਹੱਕ ਨੀ ਦੇਣੇ, ਮੁਸਲਮਾਨਾਂ ਨਾਲ ਇੱਦਾਂ ਕਰਨਾ, ਈਸਾਈਆਂ ਨਾਲ ਕੰਧਮਾਲ ਚ ਕਰਨਾ, ਫਿਰ ਤੁਸੀਂ ਕਹਿੰਦੇ ਹੋ ਕਿ ਏਕਤਾ ਦੇ ਨਾਮ ਤੇ। ਇਹ ਜਿਹੜਾ ਡਰਾਮਾ ਚੱਲ ਰਿਹਾ ਨਾ, ਇਹ ਹਿੰਦੁਸਤਾਨ ਦੇ ਵਿੱਚ ਕੋਈ ਸਿਸਟਮ ਅੱਜ ਕੱਲ੍ਹ ਵਰਕ ਨਹੀਂ ਕਰ ਪਾ ਰਿਹਾ।